ਪਿਛਲੇ ਦਿਨੀ ਲੁਧਿਆਣਾ ਨਿਵਾਸੀ ਸਰਦਾਰ ਬਲਜੀਤ ਸਿੰਘ ਚੀਮਾ, ਸਰਦਾਰ ਸਤਨਾਮ ਸਿੰਘ ਚੀਮਾ ਅਤੇ ਸਰਦਾਰ ਜਸਮਿੰਦਰ ਸਿੰਘ ਚੀਮਾ ਦੇ ਸਮੂਹ ਪਰਿਵਾਰਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਸਮੁੱਚੀ ਡਾਕਟਰੀ ਟੀਮ ਦੇ ਸਹਿਯੋਗ ਨਾਲ ਚਿੱਟੇ ਮੋਤੀ ਦਾ ਫ੍ਰੀ ਓਪਰੇਸ਼ਨ ਕੈਂਪ ਗਲੀ ਨੰਬਰ 1 ਭਗਵਾਨ ਨਗਰ ਟੋਲੇਵਾਲ ਦੇ ਵਿਸ਼ਵਕਰਮਾ ਸਕੂਲ ਵਿਖੇ ਲਗਾਇਆ ਗਿਆ, ਜਿਸ ਦੇ ਨਾਲ ਲੱਗਦੇ ਇਲਾਕਿਆਂ ਤੋਂ ਜ਼ਰੂਰਤਮੰਦ ਮਰੀਜ਼ਾਂ ਨੇ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਸਮੁੱਚਾ ਚੀਮਾ ਪਰਿਵਾਰ ਸਮੇਂ ਸਮੇਂ ਸਿਰ ਅਜਿਹੇ ਸਮਾਜਿਕ ਕੰਮਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਸਮਾਜ ਦੀ ਸੇਵਾ ਕਰਦਾ ਆ ਰਿਹਾ ਹੈ। ਇਸ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਦੀ ਡਾਕਟਰੀ ਟੀਮ ਦੇ ਮਾਹਿਰਾਂ ਵੱਲੋਂ ਆਏ ਜ਼ਰੂਰਤਮੰਦਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਮੌਕੇ ਤੇ ਹੀ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਤੇ BP ਅਤੇ ਸ਼ੂਗਰ ਵੀ ਮੌਕੇ ਤੇ ਚੈੱਕ ਕਰਦਿਆਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਸ ਕੈਂਪ ਵਿੱਚ ਲਗਭਗ 200 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 32 ਦੇ ਕਰੀਬ ਮਰੀਜ਼ਾਂ ਨੂੰ ਆਪਰੇਸ਼ਨ ਲਈ ਸ਼ੰਕਰਾ ਆਈ ਹਸਪਤਾਲ ਵਿਖੇ ਲਿਜਾ ਕੇ ਉਹਨਾਂ ਦੇ ਮੁਫ਼ਤ ਆਪਰੇਸ਼ਨ ਕੀਤੇ ਗਏ। ਇਸ ਮੌਕੇ ਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਤੋਂ ਪਹੁੰਚੇ ਡਾਕਟਰ ਸਹਿਬਾਨਾਂ ਵੱਲੋਂ ਇਸ ਕੈਂਪ ਉੱਪਰ ਚਾਨਣਾ ਪਾਉਂਦੇ ਹੋਏ ਸਮੁੱਚੇ ਚੀਮਾ ਪਰਿਵਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਅੱਜ ਲੁਧਿਆਣਾ ਭਗਵਾਨ ਨਗਰ ਵਿੱਚ ਇੱਕ ਅੱਖਾਂ ਦਾ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਸ਼ੰਕਰਾ ਹੌਸਪੀਟਲ ਵੱਲੋਂ ਇਹ ਕੈਂਪ ਲਗਾਇਆ ਗਿਆ। ਸਰਦਾਰ ਬਲਜੀਤ ਸਿੰਘ ਚੀਮਾ ਦੇ ਸਹਿਯੋਗ ਨਾਲ ਇਹ ਕੈਂਪ
ਆਯੋਜਿਤ ਕੀਤਾ ਗਿਆ। ਇਸ ਵਿੱਚ ਲਗਭਗ 200 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਹਜੇ ਵੀ ਕੈਂਪ ਚੱਲ ਰਿਹਾ ਵਾ ਅਤੇ ਲਗਭਗ 30 ਮਰੀਜ਼ ਆਪਰੇਸ਼ਨ ਵਾਸਤੇ ਨਿਕਲ ਜਾ ਜਿਹਨਾਂ ਲੈਣ 'ਚ ਬੈਣੇ ਨੇ ਉਹਨਾਂ ਨੂੰ ਸਲੈਕਟ ਕੀਤਾ ਜਾ ਚੁੱਕਿਆ ਵਾ, ਜਿਹਨਾਂ ਨੂੰ ਕਿ ਅਸੀਂ ਹੋਸਪਿਟਲ ਲਿਜਾ ਕੇ ਆਪਰੇਸ਼ਨ ਕਰਾਂਗੇ ਅਤੇ ਪਰਸੋਂ ਉਹਨਾਂ ਨੂੰ ਛੱਡ ਕੇ ਜਾਵਾਂਗੇ। ਸ਼ੰਕਰਾ ਹੋਸਪਿਟਲ ਇੱਕ 45 ਸਾਲ ਸੰਸਥਾ ਵਾ ਜਿਹੜੀ ਕਿ ਹਰੇਕ ਸਾਲ 2 ਤੋਂ 2.5 ਲੱਖ ਸਰਜਰੀ ਆਲ ਓਵਰ ਇੰਡੀਆ ਦੇ ਵਿੱਚ ਫਰੀ ਔਫ ਕੋਸਟ ਕਰਦੀ ਆ। ਪੰਜਾਬ ਦੇ ਵਿੱਚ ਤਕਰੀਬਨ 15,000 ਆਪਰੇਸ਼ਨ ਇਹ ਬਿਲਕੁਲ ਫਰੀ ਔਫ ਕੋਸਟ ਕੀਤੇ ਜਾਂਦੇ, ਹਰੇਕ ਸਾਲ 200 ਤੋਂ 250 ਕੈਂਪ ਹਰੇਕ ਪੰਜਾਬ ਦੇ ਹਰੇਕ ਕੋਨੇ ਦੇ ਵਿੱਚ ਲੱਗ ਰਿਹਾ ਵਾ। ਸਾਡਾ ਮਕਸਦ ਇਹ ਹੁੰਦਾ ਵਾ ਵੀ ਜਿੱਥੇ ਲੋੜਵੰਦ ਵਿਅਕਤੀ ਬੈਠੇ ਨੇਗੇ ਉਹਨਾਂ ਦਾ ਆਪਰੇਸ਼ਨ ਬਿਲਕੁਲ ਫਰੀ ਔਫ ਕੋਸਟ ਕਰ ਦਿੱਤਾ ਜਾਵੇ। ਜਿਹੜੇ ਕੋਈ ਪੈਸੇ ਸਮਰੱਥ ਨੇ ਉਹ ਵੱਖ ਵੱਖ ਸਮਾਜ ਸੇਵੀ ਜੀ ਸਾਡੇ ਨਾਲ ਸਹਿਯੋਗ ਕਰਦੇ ਨੇ ਅਤੇ ਉਹ ਆਪਦੇ ਪਿੰਡ ਪੱਧਰ 'ਤੇ ਸਾਡੇ ਨਾਲ ਸੰਪਰਕ ਕਰਕੇ ਕੈਂਪ ਲਾਉਂਦੇ ਨੇ। ਜਿਵੇਂ ਸਰਦਾਰ ਬਲਜੀਤ ਸਿੰਘ ਚੀਮਾ ਅੱਜ ਇੱਥੇ ਕੈਂਪ ਲਵਾਇਆ, ਪਹਿਲਾਂ ਉਹ ਪਿੰਡਾਂ ਦੇ ਵਿੱਚ ਵੀ ਕੈਂਪ ਲਾਉਂਦੇ ਰਹਿੰਦੇ ਨੇਗੇ ਤਾਂ ਕਿ ਉਹ ਆਪਰੇਸ਼ਨ ਵਾਸਤੇ ਜਿਹੜੇ ਕਿ ਪੈਸੇ ਤੋਂ ਸਮਰੱਥ ਨੇ ਪੈਸੇ ਨਹੀਂ ਕਰਵਾ ਸਕਦੇ, ਇਹਨਾਂ ਦੇ ਜ਼ਰੀਏ ਅਸੀਂ ਵੱਖ ਵੱਖ ਲੋਕਾਂ ਦਾ ਆਪਰੇਸ਼ਨ ਕਰਕੇ ਦੇ ਸਕਦੇ ਹਾਂ। ਬਾਕੀ ਹੋਸਪਿਟਲ ਬਾਰੇ ਤੁਸੀਂ ਅਗਰ ਆਪ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਆਪ ਪਤਾ ਲੱਗੂ ਵੀ ਹੋਸਪਿਟਲ ਕਿਸ ਉੱਚ ਪੱਧਰ ਦਾ ਸੇਵਾਵਾਂ ਦੇ ਰਿਹਾ ਵਾ। ਬਾਕੀ ਜੋ ਉੱਥੇ ਡਾਕਟਰ ਸਾਹਿਬਾਨ ਨੇ ਵੈਲ ਐਜੂਕੇਟਡ, ਠੀਕ ਆ, ਹਰੇਕ ਮੈਂਬਰ ਕੁਆਲੀਫਾਈਡ ਨੇ, ਤੁਸੀਂ ਆਪ ਵਿਜ਼ਿਟ ਕਰੋਗੇ ਤੁਹਾਨੂੰ ਆਪ ਪਤਾ ਚੱਲੂਗਾ, ਕਿਉਂਕਿ ਜੋ ਕੈਂਪ ਦੇ ਵਿੱਚ ਮਰੀਜ਼ ਆ ਉਹਨੂੰ ਇੱਕ ਵਧੀਆ ਤੋਂ ਵਧੀਆ ਸਹੂਲਤ ਦੇਣ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਮੌਕੇ ਤੇ ਸਮੁੱਚੇ ਚੀਮਾ ਪਰਿਵਾਰਾਂ ਵੱਲੋਂ ਆਏ ਮਰੀਜ਼ਾਂ ਲਈ ਸਵੇਰ ਸਮੇਂ ਚਾਹ, ਬਿਸਕੁਟ ਅਤੇ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਚੀਮਾ ਪਰਿਵਾਰਾਂ ਵੱਲੋਂ ਗੁਰਦੁਆਰਾ ਭਰੋਵਾਲ ਸਾਹਿਬ ਠਾਠ ਵਿਖੇ ਹਰ ਐਤਵਾਰ ਨੂੰ ਸਰਵਾਈਕਲ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ, ਜਿਸ ਵਿੱਚ ਦੂਰ ਦੁਰਾਡੇ ਤੋਂ ਵੀ ਜ਼ਰੂਰਤਮੰਦ ਮਰੀਜ਼ ਪਹੁੰਚ ਕੇ ਆਪਣਾ ਇਲਾਜ ਕਰਵਾਉਂਦੇ ਹਨ। ਇਹ ਸਰਵਾਈਕਲ ਦਾ ਇਲਾਜ ਬਿਲਕੁਲ ਮੁਫਤ ਅਤੇ ਆਧੁਨਿਕ ਤਕਨੀਕ ਨਾਲ ਐਕੂਪ੍ਰੈਸ਼ਰ ਵਿਧੀ ਰਾਹੀਂ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 28 ਤਰੀਕ ਐਤਵਾਰ ਸ਼ੰਕਰਾ ਹੋਸਪਿਟਲ ਮੁੱਲਾਪੁਰ ਦੇ ਸੰਯੋਗ ਨਾਲ ਮੁਹੱਲਾ ਭਗਵਾਨ ਨਗਰ ਵਿਸ਼ਕਰਮਾ ਸਕੂਲ ਦੇ ਵਿੱਚ ਕੈਂਪ ਲਾਇਆ, ਜਿਹਦੇ ਵਿੱਚ ਅਸੀਂ 200 ਮਰੀਜ਼ ਦੇਖਿਆ, ਜਿਹਦੇ ਵਿੱਚੋਂ ਅਸੀਂ 30 ਸਰਜਰੀਆਂ ਕੱਢੀਆਂ ਜਿਨ੍ਹਾਂ ਨੂੰ ਲੈਂਸ ਫਰੀ ਪਾਏ ਜਾਣਗੇ, ਦਵਾਈਆਂ ਤੱਕ ਵੀ ਸਾਰੀਆਂ ਫਰੀ ਦਿੱਤੀਆਂ ਜਾਣਗੀਆਂ। ਇੱਥੋਂ ਮੁੱਲਾਪੁਰ ਲਿਜਾਣ ਦਾ ਵੀ ਇੰਤਜ਼ਾਮ ਬੱਸ 'ਚ ਲੈ ਕੇ ਜਾਵਾਂਗੇ, ਸਰਜਰੀ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਇੱਥੇ ਹੀ ਆਣ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਵਾਂਗੇ ਔਰ ਉਹਨਾਂ ਦਾ ਇੱਕ ਪੈਸੇ ਦਾ ਖਰਚਾ ਨਹੀਂ ਆਏਗਾ। ਸਰਜਰੀ ਤੋਂ ਬਾਅਦ ਜਿਹੜੀ ਮਹੀਨੇ ਦੀ ਦਵਾਈ ਉਹ ਵੀ ਉਹਨਾਂ ਨੂੰ ਨਾਲ ਦੇਵਾਂਗੇ। ਮੈਂ ਸ਼ੰਕਰਾ ਹੋਸਪਿਟਲ, ਖਾਸ ਕਰਕੇ ਮਨੋਜ ਗੁਪਤਾ ਡਾਕਟਰ ਜਿਹੜੇ ਨੇ ਉਹਨਾਂ ਦੀ ਟੀਮ ਦਾ ਪੂਰਾ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਉਹਨਾਂ ਦੇ ਸੰਯੋਗ ਨਾਲ ਸਾਨੂੰ ਸਾਡੇ ਮੁਹੱਲੇ ਜਾਣ ਕੇ ਕੈਂਪ ਲਾਇਆ ਔਰ ਮਰੀਜ਼ਾਂ ਦੀ ਦੇਖਭਾਲ ਕੀਤੀ ਔਰ ਸਾਰੇ ਮੁਹੱਲੇ ਨੂੰ ਵੀ ਆਪਣੀ ਯਾਰਾਂ ਦੋਸਤਾਂ ਨਾਲ ਵੀ ਜਿਹਨਾਂ ਸਾਡਾ ਸਹਿਯੋਗ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਅੱਗੇ ਤੋਂ ਵੀ ਇੱਦਾਂ ਦੇ ਕੈਂਪ ਲਾਏ ਜਾਣਗੇ। ਇੱਕ ਮੈਂ ਹੋਰ ਬੇਨਤੀ ਕਰਦਾ, ਅਸੀਂ ਪਿਛਲੀ 14 ਤਰੀਕ ਨੂੰ ਅਸੀਂ ਭਰੋਵਾਲ ਠਾਠ 'ਤੇ ਕੈਂਪ ਲਾਇਆ ਸੀ, ਉਹ 'ਚ ਵੀ 30 ਸਰਜਰੀਆਂ ਕੀਤੀਆਂ ਸੀ, ਪਰ ਉੱਥੇ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਰਵਾਈਕਲ ਅਤੇ ਡਿਸਕ ਦਾ ਇਲਾਜ ਬਿਲਕੁਲ ਫਰੀ ਹੁੰਦਾ, ਜਿਹੜਾ ਕਿ ਕਿਧਰ ਕਿਸੇ ਨੂੰ ਹੋਸਪਿਟਲ ਤੋਂ ਆਰਾਮ ਨਹੀਂ ਆਉਂਦਾ ਉਹ ਵੀ ਉੱਥੇ ਫਾਇਦਾ ਚੱਕ ਸਕਦੇ ਨੇ। ਸੰਡੇ ਦੀ ਸੰਡੇ ਅਸੀਂ ਹਰ ਐਤਵਾਰ 400 ਮਰੀਜ਼ ਦੇਖਦੇ ਹਾਂ ਜਿਨ੍ਹਾਂ ਨੂੰ ਡਿਸਕ ਅਤੇ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਹੈ, ਉਹ ਵੀ ਐਕੋਪ੍ਰੇਸ਼ਨ ਠੀਕ ਕਰਦੇ ਹਾਂ।
ਬਾਕੀ ਫਿਰ ਮੈਂ ਇੱਕ ਵਾਰ ਸ਼ੰਕਰਾ ਹੋਸਪਿਟਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਟਾਈਮ ਕੱਢ ਕੇ ਸਾਡੇ ਮੁਹੱਲੇ 'ਚ ਕੈਂਪ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਚੈਨਲ ਦੀ ਸਮੁੱਚੀ ਟੀਮ ਵੱਲੋਂ ਉਸ ਪਰਮ ਪਿਤਾ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਉਹ ਇਹਨਾਂ ਚੀਮਾ ਪਰਿਵਾਰਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਇਹ ਪਰਿਵਾਰ ਆਪਣੀ ਨੇਕਮਾਈ ਵਿੱਚੋਂ ਦਸਵੰਧ ਕੱਢਦਿਆਂ ਹੋਇਆਂ ਸਮਾਜ ਦੀ ਸੇਵਾ ਕਰਦੇ ਰਹਿਣ।